ਮੈਂ ਹੈਗਾ ਇਕੱਲਾ, ਨਾਮ ਕੋਈ ਮੇਰੇ ਅੱਗੇ ਹੈ ਅਤੇ ਨਾ ਕੋਈ ਮੇਰੇ ਪਿੱਛੇ ਹੈ। ਮੈਂ ਗਲਤ ਮੈਸੇਜ ਨਹੀਂ ਦੇ ਰਿਹਾ, ਨਹੀਂ ਕਰਨਾ ਚਾਹੀਦਾ ਸੀ। ਇਹ ਮੇਰੀ ਮਾਂ ਦੇ ਦਿੱਤੇ ਹੋਏ ਸੰਸਕਾਰ ਵੀ ਜੇ ਤੁਸੀਂ ਕਿਸੇ ਵੀ ਰਿਸ਼ਤੇਦਾਰ ਦੇ ਘਰੇ ਜਾਓ ਨਾ, ਤੇ ਉੱਠਣ ਤੋਂ ਬਾਅਦ ਆਪਣਾ ਜਿਹੜਾ ਕੰਬਲ ਹੈ, ਆਪਣਾ ਜਿਹੜਾ ਬਿਸਤਰ ਹੈ, ਉਹਨੂੰ ਸਹੀ ਰੱਖੋ। ਇਹ ਇੱਕ ਹਿਸਾਬ ਦਾ ਥੈਂਕ ਯੂ ਕਰਨ ਦਾ ਤਰੀਕਾ ਹੁੰਦਾ। ਕਿੱਦਾਂ ਘੈਂਟ ਹੋ ਸਾਰੇ, ਪਹਿਲੇ ਵੇਦਿਆਂ ਬਾਹਰ ਮੌਸਮ ਕੀ ਹੋਇਆ, ਰਾਈਟ? ਟਾਈਮ ਕੀ ਹੋ ਰਿਹਾ? ਟਾਈਮ ਹੋ ਰਿਹਾ 7:44। ਜਿਸ ਹਿਸਾਬ ਨਾਲ ਮੌਸਮ ਲੱਗ ਰਿਹਾ, ਮੌਸਮ ਕਲੀਅਰ ਹੀ ਲੱਗ ਗਿਆ, ਹਲਕਾ ਹਲਕਾ ਸੂਰਜ ਨਿਕਲਿਆ ਹੈ, ਕੋਈ ਐਵੇਂ ਮੀਂਹ ਮੂੰਹ ਦਾ ਨਿਸ਼ਾਨ ਨਹੀਂ ਹੈਗਾ। ਮੈਨੂੰ ਲੱਗਦਾ ਚੀੜਾ ਪੂੰਜੀ, ਵੈਸੇ ਮੈਂ ਰਾਤੀ ਪੁੱਛਿਆ ਸੀ ਕਿਸੇ ਲੋਕਲ ਬੰਦੇ ਤੋਂ, ਉਹ ਕਹਿੰਦੇ ਅਪ੍ਰੈਲ ਤੋਂ ਲੈ ਕੇ ਮਾਰਚ ਮਿੰਟ ਤੋਂ ਲੈ ਕੇ ਦੈਨ ਸਪਟੰਬਰ ਤੱਕ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ, ਇਹ ਸੀਜ਼ਨ ਬਾਰਿਸ਼ ਵਾਲਾ ਨਹੀਂ ਹੈਗਾ। ਇੱਥੇ ਮੌਸਮ ਇੰਨੀ ਜਲਦੀ ਚੇਂਜ ਹੁੰਦਾ ਹੈ, ਜਦੋਂ ਆਪਾਂ ਬਾਹਰ ਨਿਕਲੇ ਸੀ ਸੂਰਜ ਨਿਕਲਿਆ ਹੋਇਆ ਸੀ, ਹੁਣ ਬਿਲਕੁਲ ਬੱਦਲ ਹੋ ਗਏ ਹੋਏ ਆ। ਪੂਰਾ ਸਫਾਈ ਅਭਿਆਨ ਚੱਲ ਰਿਹਾ, ਪੂਰਾ ਯੂਥ ਸਫਾਈ ਕਰਨ ਲੱਗਾ ਪੂਰੇ ਪਿੰਡ ਦੀ। ਜਿਵੇਂ ਆਪਣੇ ਪੰਜਾਬ 'ਚ ਟ੍ਰੈਂਡ ਹੈਗਾ ਨਾ, ਘਰ ਦੀ ਛੱਤ ਦੇ ਉੱਤੇ ਕੋਈ ਨਾ ਕੋਈ ਟੈਂਕੀ ਬਣੀ ਹੋਣੀ ਚਾਹੀਦੀ ਹੈ, ਭਾਵੇਂ ਉਹ ਬਾਜ ਹੋਵੇ ਅਤੇ ਭਾਵੇਂ ਹੋਵੇ ਪਲੇਨ। ਇੱਥੇ ਆਹ ਵਾਲਾ ਟ੍ਰੈਂਡ ਹੈ, ਤਕਰੀਬਨ ਹਰ ਘਰ ਦੀ ਛੱਤ ਦੇ ਉੱਤੇ ਇਹੋ ਜਿਹਾ ਡਿਜ਼ਾਈਨ ਮਿਲ ਜਾਂਦਾ। ਆਪਾਂ ਆਇਆ ਮੌਸਮਾਂ ਕੇਵ, ਲੇਕਿਨ ਉਸ ਤੋਂ ਪਹਿਲੇ ਆਪਾਂ ਆਪਣੀ ਐਵਰਗ੍ਰੀਨ ਜੈਕਟ ਪਾਵਾਂਗੇ, ਕਿਉਂਕਿ ਇੱਥੇ ਲੱਗ ਰਹੀ ਹੁਣ ਠੰਡ, ਪਹਿਲੇ ਨਹੀਂ ਲੱਗ ਰਹੀ ਸੀ। ਇਹ ਮੇਰਾ ਪਹਿਲਾ ਐਕਸਪੀਰੀਅੰਸ ਹੈ ਜਿੱਥੇ ਮੈਂ ਕਿਸੇ ਕੇਵਸ ਦੇ ਅੰਦਰ ਆਇਆ ਹੋਵਾਂਗਾ। ਫਿਲਹਾਲ ਤਾਂ ਮੈਨੂੰ ਡਰ ਲੱਗ ਰਿਹਾ, ਡਰ ਕਿਉਂ ਲੱਗ ਰਿਹਾ ਉਹ ਇਸ ਕਰਕੇ ਲੱਗ ਰਿਹਾ ਕਿਉਂਕਿ ਹੁਣ ਰੀਸੈਂਟ ਇੰਸੀਡੈਂਟ ਹੋਇਆ ਸੀ ਨਾ, ਜਿੱਦਾਂ ਕੇਵ 'ਚ ਕੋਈ ਫਸ ਗਏ ਸੀ, ਇਸ ਕਰਕੇ ਹਾਲਾਂਕਿ ਮੈਨੂੰ ਲੱਗ ਨਹੀਂ ਰਿਹਾ ਇੰਨਾ ਰਿਸਕੀ ਹੈ, ਕਿਉਂਕਿ ਅਗਰ ਇਹ ਖੁੱਲ੍ਹਿਆ ਹੋਇਆ ਤਾਂ ਘੱਟ ਰਿਸਕੀ ਹੋਏਗਾ। ਤਾਂ ਹੀ ਉੱਤੋਂ ਦੀ ਮੈਂ ਹੈਗਾ ਇਕੱਲਾ, ਨਾਮ ਕੋਈ ਮੇਰੇ ਅੱਗੇ ਹੈ ਅਤੇ ਨਾ ਕੋਈ ਮੇਰੇ ਪਿੱਛੇ ਹੈ, ਪਰ ਇਹੀ ਤਾਂ ਫਿਰ ਸੋਲੋ ਟਰੈਵਲਿੰਗ ਦੇ ਮਜ਼ਾ, ਲਾਈਕ ਯੂ ਗੈਟ ਆਊਟ ਆਫ ਯੂਅਰ ਕੰਫਰਟ ਜ਼ੋਨ। ਏਰੀਏ 'ਚ ਨਾ ਬਾਰਿਸ਼ ਬਹੁਤ ਪੈਂਦੀ ਹੈ, ਜਦੋਂ ਇੱਥੇ ਮੀਂਹ ਪੈਂਦਾ ਹੋਏਗਾ ਤਾਂ ਇੱਥੇ ਸਾਰਾ ਮੇਰੇ ਹਿਸਾਬ ਨਾਲ ਅੰਦਰ ਨਾ ਪਾਣੀ ਇਕੱਠਾ ਹੋ ਜਾਂਦਾ ਹੋਏਗਾ। ਇੱਥੇ ਹੋ ਗਈਆਂ ਖਤਮ, ਹਾਲਾਂਕਿ ਵੇਖਿਆ ਜਾਵੇ ਕਿ ਇੰਨੀਆਂ ਜ਼ਿਆਦਾ ਔਖੀਆਂ ਨਹੀਂ ਹੈਗੀਆਂ, ਬਟ ਫਿਰ ਵੀ ਇੱਕ ਜੇ ਤੁਸੀਂ ਫੀਲ ਲੈਣੀ ਹੈ ਕਿ ਹਾਂ ਜਿਹੜੇ ਲੋਕ ਫਸੇ ਸੀ ਉਹਨਾਂ ਨੂੰ ਕਿਹੋ ਜਿਹਾ ਫੀਲ ਹੋਇਆ ਹੋਏਗਾ ਅੰਦਰ ਫਸ ਕੇ, ਉਹ ਫੀਲ ਆਉਂਦੀ ਹੈ। ਹੁਣ ਆਪਾਂ ਚੱਲਦੇ ਹਾਂ ਆਪਣੀ ਅਗਲੀ ਜਗ੍ਹਾ 'ਤੇ, ਇੱਥੇ ਦਾ ਐਕਸਪੀਰੀਅੰਸ ਬਹੁਤ ਹੀ ਘੈਂਟ ਰਿਹਾ, ਲਾਈਕ ਇੱਕ ਫੀਲ ਜੀ ਤਾਂ ਆਉਂਦੀ ਹੈ ਵੀ ਤੁਸੀਂ ਕਿਤੇ ਹੋਰ ਦੀ ਜਗ੍ਹਾ 'ਤੇ ਆ ਗਏ ਹੋ, ਲੇਕਿਨ ਅਗਰ ਲਾਈਟਾਂ ਨਾ ਲੱਗੀਆਂ ਹੋਣ ਨਾ ਦੈਨ ਉਹ ਫੀਲ ਜ਼ਿਆਦਾ ਹੋਵੇ। ਇਹ ਲਾਈਟਾਂ ਕਰਕੇ ਨਾ ਥੋੜ੍ਹਾ ਜਿਹਾ ਜਿਹੜਾ ਐਡਵੈਂਚਰ ਹੈ ਨਾ ਘੱਟ ਹੋ ਜਾਂਦਾ। ਮੇਰੇ ਹਿਸਾਬ ਨਾਲ ਲਾਈਟਾਂ ਨਹੀਂ ਲੱਗੀਆਂ ਹੋਣੀਆਂ ਚਾਹੀਦੀਆਂ। ਹੁਣ ਆਪਾਂ ਆਏ ਹਾਂ ਸੈਵਨ ਸਿਸਟਰ ਫੋਲ। ਇਹ ਸੈਵਨ ਸਿਸਟਰ ਫੋਲ ਇਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਜਿਹੜੀ ਆਪਣੀ ਨੌਰਥ ਈਸਟ ਦੀਆਂ 7 ਸਟੇਟਸ ਹੈਗੀਆਂ, ਇਹ ਉਹਨਾਂ ਦੀ ਯੂਨਿਟੀ ਨੂੰ ਦਰਸਾਉਂਦਾ। ਹਾਲਾਂਕਿ ਮੌਨਸੂਨ ਨਹੀਂ ਹੈਗਾ, ਜੇ ਮੌਨਸੂਨ ਹੋਵੇ ਤਾਂ ਇਹਨਾਂ ਦਾ ਭਾਵ ਜਿਹੜਾ ਹੈਗਾ ਬਹੁਤ ਜ਼ਿਆਦਾ ਤੇਜ਼ ਹੁੰਦਾ, ਉਦੋਂ ਸੱਤੋ ਦੇ ਸੱਤੋ ਬਿਲਕੁਲ ਕਲੀਅਰ ਦਿਖਦੇ ਆ, ਲੇਕਿਨ ਇਸ ਵੇਲੇ ਕੋਈ ਬਾਰਿਸ਼ ਦਾ ਨਾਮੋ ਨਿਸ਼ਾਨ ਨਹੀਂ ਹੈਗਾ, ਇਸ ਕਰਕੇ ਇੰਨਾ ਜ਼ਿਆਦਾ ਭਾਵ ਨਹੀਂ ਹੈਗਾ। ਉੱਪਰੋਂ ਦੀ ਹੋ ਗਿਆ ਕਿ ਉੱਪਰੋਂ ਦੀ ਧੁੰਦ ਪਈ ਹੋਈ ਹੈ ਅਤੇ ਇੱਥੋਂ ਬਿਲਕੁਲ ਕਲੀਅਰ ਦਿਖ ਨਹੀਂ ਰਿਹਾ। ਪਾਣੀ ਆਪਣੇ ਪੂਰੇ ਫੁੱਲ ਫਲੋ 'ਤੇ ਹੋਵੇ ਤਾਂ ਇਹੋ ਜਿਹੇ ਦਿਖਦੇ ਆ, ਹਾਲਾਂਕਿ ਹੁਣ ਤਾਂ ਸਾਰੇ ਡਰਾਈ ਹੋਏ ਹੋਏ ਆ। ਹੁਣ ਆਪਾਂ ਚੱਲਦੇ ਹਾਂ ਆਪਣੀ ਅਗਲੀ ਡੈਸਟੀਨੇਸ਼ਨ 'ਤੇ, ਜਿਹਦੇ ਵਾਸਤੇ ਬਹੁਤ ਮਿਹਨਤ ਕਰਨੀ ਪੈਣੀ ਹੈ, ਬਹੁਤ ਤੁਰਨਾ ਪੈਣਾ, ਜਿਹਦੇ ਕਰਕੇ ਮੈਂ ਇਹ ਵਾਲੇ ਸ਼ੂਜ਼ ਪਾ ਕੇ ਆਇਆ ਸੀ, ਅਤੇ ਜਿੱਥੇ ਬਹੁਤ ਪਸੀਨਾ ਕੱਢਣਾ ਪੈਣਾ ਆਪਣਾ। ਹੁਣ ਆਪਾਂ ਪਹੁੰਚੇ ਹਾਂ ਡਬਲ ਡੈਕਰ ਬ੍ਰਿਜ। ਇਹ ਕਿਹੜਾ ਬ੍ਰਿਜ ਹੈ? ਇਹ ਪੇੜਾਂ ਦੀਆਂ ਜੜ੍ਹਾਂ ਨਾਲ ਆਪਣੇ ਆਪ ਬਣਿਆ ਹੋਇਆ ਬ੍ਰਿਜ ਹੈ, ਇਹਨੂੰ ਕਹਿੰਦੇ ਲਿਵਿੰਗ ਰੂਟ ਬ੍ਰਿਜ, ਯਾਨੀ ਕਿ ਉਹ ਵਾਲੀ ਜਿਹੜੀ ਜੜ੍ਹਾਂ ਹੈਗੀਆਂ ਉਹ ਹਾਲੇ ਵੀ ਜਿੰਦੀਆਂ ਜਾਗਦੀਆਂ। ਬਾਕੀ ਮੈਨੂੰ ਇਹਨਾਂ ਦੀ ਦੁਕਾਨ ਦਾ ਨਾਮ ਬੜਾ ਪਸੰਦ ਆਇਆ, ਇਹਨਾਂ ਨੇ ਨਾਮ ਰੱਖਿਆ
ਫੋਰ ਬਰੋਜ਼ ਐਂਡ ਟੂ ਸਿਸ ਸ਼ੋਪ, ਫੋਰ ਬਰੋਜ਼ ਐਂਡ ਟੂ ਸਿਸ ਸ਼ੋਪ, ਯਾਨੀ ਕਿ ਇਹਨਾਂ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਰਿਸ਼ਤੇਦਾਰਾਂ ਨੇ ਵਿਆਹ ਦੇ ਕਾਰਡ ਦੇ ਉੱਤੇ, ਜਿਵੇਂ ਸਾਰੇ ਰਿਸ਼ਤੇਦਾਰਾਂ ਦਾ ਨਾਮ ਲਿਖ ਦਿੱਤਾ ਨਾ RSVP, ਉਹ ਇਹਨਾਂ ਨੇ ਕੀਤਾ, ਕੋਈ ਭੈਣ ਭਰਾ ਨਾਰਾਜ਼ ਨਾ ਹੋਵੇ ਬਸ। ਟੋਟਲ 3,500 ਦੇ ਨੇੜੇ ਤੇੜੇ ਪੌੜੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਉੱਥੇ ਪਹੁੰਚਾਉਣਗੀਆਂ, ਬਾਕੀ ਸਾਰਾ ਆਸੇ ਪਾਸੇ ਜੰਗਲ। 48 ਮਿੰਟ 'ਤੇ ਸ਼ੁਰੂ ਕੀਤੀ ਸੀ, ਉਦੋਂ ਮੈਂ ਟਾਈਮ ਨਹੀਂ ਨੋਟਿਸ ਕੀਤਾ, ਲੇਕਿਨ ਕਰਨ ਤੋਂ ਪਹਿਲੇ ਪਿਤਾ ਸ਼੍ਰੀ ਨੂੰ ਫੋਨ ਕੀਤਾ ਸੀ ਕਿ ਮੈਂ ਮੋਬਾਈਲ ਬੰਦ ਕਰਨ ਲੱਗਾ। ਉਹ ਆਪਾਂ ਜਿਹੜੀ ਪਿਤਾ ਸ਼੍ਰੀ ਨੂੰ ਕਾਲ ਕੀਤੀ ਹੈ ਉਹ 11:48 'ਤੇ ਕੀਤੀ ਹੈ। ਹੁਣ ਪੁਆਇੰਟ ਇਹ ਹੈ ਕਿ ਖਤਮ ਕਿੰਨੀ ਦੇਰ 'ਚ ਕਰਨੇ ਆ। ਸਾਰੀਆਂ ਐਵੇਂ ਕਰਕੇ ਥੱਲੇ ਜਾਣਾ, ਜੰਗਲ 'ਚ ਕਿਸੇ ਹੋਮ ਸਟੇ ਦੀ ਕੰਸਟਰਕਸ਼ਨ ਚੱਲ ਰਹੀ ਹੈ। ਸਾਰਾ ਕੁਝ ਜੋ ਵੀ ਖੜਾ ਹੋ ਰਿਹਾ ਇਹ ਸਾਰਾ ਬੈਂਬੂ ਨਾਲ ਹੋ ਰਿਹਾ, ਇਹਨੂੰ ਐਵੇਂ ਕੱਟ ਕੱਟ ਕੇ ਨਾ, ਬੈਂਬੂ ਨੂੰ ਐਵੇਂ ਕੱਟ ਕੱਟ ਕੇ ਸਾਰਾ ਬਣਾਉਂਦੇ ਆ। ਕ੍ਰੋਸ ਕਰਨ ਵੇਲੇ ਤੁਸੀਂ ਇੱਕ ਇਹ ਪੁਆਇੰਟ 'ਤੇ ਪਹੁੰਚਦੇ ਹੋ, ਇਹ ਬ੍ਰਿਜ ਟੁੱਟਾ ਹੋਇਆ ਇਹਨਾਂ ਨੇ ਬੰਦ ਕੀਤਾ ਹੈ, ਇਸ ਕਰਕੇ ਹੁਣ ਤੁਹਾਨੂੰ ਥੱਲੋਂ ਦੀ ਜਾਣਾ ਪੈਣਾ। ਕਿ ਆਉਣ ਤੋਂ ਮੈਂ ਸੌਖੇ ਰਸਤੇ ਉੱਥੋਂ ਵੀ ਆ ਸਕਦਾ ਸੀ, ਲੇਕਿਨ ਉੱਥੋਂ ਮੇਰੇ ਬੂਟ ਗਿੱਲੇ ਹੋ ਜਾਣੇ ਆ, ਇਸ ਕਰਕੇ ਮੈਂ ਇੱਥੋਂ ਆਇਆ। ਬਾਕੀ ਜੀਨ ਨਹੀਂ ਪਾ ਕੇ ਆਉਣੀ, ਮੈਂ ਜੀਨ ਇਸ ਕਰਕੇ ਪਾ ਕੇ ਆਇਆ ਕਿਉਂਕਿ ਜਿਹੜਾ ਪਜਾਮਾ ਮੈਂ ਕੱਲ੍ਹ ਪਾਇਆ ਹੋਇਆ ਸੀ ਉਹ ਮੈਲਾ ਹੋ ਗਿਆ ਸੀ, ਅਤੇ ਕਾਲਾ ਪਜਾਮਾ ਮੈਂ ਐਕਸਟਰਾ ਲੈ ਕੇ ਆਇਆ ਸੀ ਉਹ ਮੇਰਾ ਫਟ ਗਿਆ, ਇਸ ਕਰਕੇ ਜੀਨ ਪਾਈ ਹੋਈ ਆ ਮੈਂ। ਬਹੁਤ ਹੀ ਸ਼ਾਨਦਾਰ ਹੈਗਾ, ਆਹ ਵੇਖੋ ਪਾਣੀ ਐਂ ਜਮਾਂ ਕਲੀਅਰ, ਭਾਵੇਂ ਮੈਂ ਕਹਿੰਦਾ ਪਾਣੀ ਵੇਖ ਕੇ ਵਾਲ ਵਾਲੋ, ਹਾਲਾਂਕਿ ਇੱਥੋਂ ਦੀ ਵਾਲ ਵਿਖਣੇ ਨਹੀਂ। ਬਾਕੀ ਉਹ ਇੱਕ ਛੁਟਕੂ ਜਿਹਾ ਝਰਨਾ ਹੈਗਾ, ਅਤੇ ਆਪਣਾ ਇਹ ਪਹਿਲੇ ਬ੍ਰਿਜ ਹੁੰਦਾ ਹੋਏਗਾ, ਇਹ ਬ੍ਰਿਜ ਹੁਣ ਖਰਾਬ ਹੋਏਗਾ, ਇਸ ਕਰਕੇ ਇਹਨਾਂ ਨੇ ਆਹ ਨਵਾਂ ਬ੍ਰਿਜ ਬਣਾ ਤਾ। ਜੇ ਬਾਏ ਚਾਂਸ ਤੁਸੀਂ ਬ੍ਰਿਜ ਤੋਂ ਨਹੀਂ ਆਉਣਾ, ਠੀਕ ਹੈ, ਆ ਰਹੀਆਂ ਪੌੜੀਆਂ, ਆਹ ਪੌੜੀਆਂ ਸਾਰੀਆਂ ਉਤਰ ਕੇ ਤੁਸੀਂ ਇਹ ਸਾਰੀ ਨਦੀ ਕ੍ਰੋਸ ਕਰਕੇ ਜਾ ਸਕਦੇ ਹੋ। ਜਮਾਂ ਘੈਂਟ, ਬਹੁਤ ਹੀ ਘੈਂਟ ਫੀਲ ਆ ਰਹੀ ਆ, ਇਹੋ ਜਿਹੀ ਫੀਲ ਆ ਰਹੀ ਹੈ ਜਿਹੜੀ ਧਿਆਨ ਵੀ ਨਹੀਂ ਕੀਤੀ ਜਾ ਸਕਦੀ। ਜਦੋਂ ਦਾ ਮੈਂ ਇੱਥੇ ਆਉਣ ਦਾ ਰਸਤਾ ਸ਼ੁਰੂ ਕੀਤਾ ਨਾ, ਮੈਂ ਇੱਕ ਚੀਜ਼ ਸੋਚੀ ਜਾਂਦਾ ਸੀ ਵੀ ਇਹਨਾਂ ਨੇ ਟਰੈਕ ਕਿਉਂ ਨਹੀਂ ਬਣਾਇਆ, ਸਪੈਸ਼ਲ ਪੌੜੀਆਂ ਹੀ ਕਿਉਂ ਬਣਾਈਆਂ, ਵੀ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਉਣਾ ਸੀ, ਜਿਹੜਾ ਸੀਮਿੰਟ ਦੀਆਂ ਪੌੜੀਆਂ ਬਣੀਆਂ, ਜ਼ਿਆਦਾ ਖਰਚਾ ਵੀ ਨਹੀਂ ਆਉਣਾ ਸੀ, ਅਤੇ ਟਰੈਕ ਨਾਲ ਕੰਮ ਤਾਂ ਸਾਰੀ ਜਾਣਾ ਸੀ। ਬਟ ਇਹਨਾਂ ਚੜ੍ਹਨ ਤੋਂ ਬਾਅਦ ਮੈਨੂੰ ਹੁਣ ਸਮਝ ਆਈ ਕਿ ਇਹਨਾਂ ਨੇ ਟਰੈਕ ਕਿਉਂ ਨਹੀਂ ਬਣਾਇਆ। ਉਹ ਇਸ ਕਰਕੇ ਨਹੀਂ ਬਣਾਇਆ ਕਿਉਂਕਿ ਇੱਥੇ ਮੀਂਹ ਬਹੁਤ ਜ਼ਿਆਦਾ ਪੈਂਦਾ, ਅਤੇ ਜੇ ਜਦੋਂ ਮੀਂਹ ਜ਼ਿਆਦਾ ਪੈਂਦਾ ਉਦੋਂ ਜਿਹੜੇ ਇੱਥੇ ਦੇ ਲੋਕਲ ਲੋਕ ਰਹਿੰਦੇ ਆ ਉਹਨਾਂ ਵਾਸਤੇ ਥੱਲੇ ਉੱਪਰ ਜਾਣਾ ਬਹੁਤ ਔਖਾ ਹੋ ਜਾਂਦਾ ਹੈਗਾ। ਇਸ ਕਰਕੇ ਇਹਨਾਂ ਨੇ ਇੱਕ ਹਿਸਾਬ ਦਾ ਨਾ ਪੱਕਾ ਸਿਸਟਮ ਕੀਤਾ ਹੋਇਆ ਤਾਂ ਕਿ ਮੀਂਹ ਪੈ ਵੀ ਜਾਵੇ ਤਾਂ ਵੀ ਕੋਈ ਚੱਕਰ ਨਹੀਂ, ਰਸਤਾ ਬੰਦ ਨਹੀਂ ਹੋਣਾ ਚਾਹੀਦਾ। ਇਹ ਹੈ ਡਬਲ ਡੈਕਰ ਦਾ ਫਸਟ ਵਿਊ ਜੋ ਮੇਰੇ ਸਾਹਮਣੇ ਆਇਆ। ਆਪਾਂ ਜਿਵੇਂ 11:48 'ਤੇ ਸ਼ੁਰੂ ਕੀਤਾ ਸੀ ਅਤੇ ਹੁਣ ਟਾਈਮ ਹੋ ਰਿਹਾ 1:44, ਯਾਨੀ ਕਿ ਆਲਮੋਸਟ 2 ਘੰਟੇ 'ਚ ਪੂਰਾ ਕੀਤਾ, ਲੇਕਿਨ ਅਗਰ ਇਹ ਵਾਰੀ ਵਾਰੀ ਸ਼ੋਟ ਨਾ ਲੈਣੇ ਹੋਣ ਤਾਂ ਇਸ ਹਿਸਾਬ ਨਾਲ ਮੇਰੇ ਹਿਸਾਬ ਨਾਲ ਜਲਦੀ ਹੋ ਜਾਣਾ ਸੀ, ਕੋਈ ਇੰਨੀ ਥਕਾਵਟ ਵੀ ਨਹੀਂ ਹੋਈ, ਮਾੜਾ ਮੋਟਾ ਤਾਂ ਹੁੰਦਾ ਹੀ ਹੁਣ ਰੋਬਟ ਥੋੜ੍ਹੀ ਆ। ਇਹ ਸਾਰਾ ਜੜ੍ਹਾਂ ਹੈਗੀਆਂ, ਜੜ੍ਹਾਂ ਜਿਹੜੀਆਂ ਹਾਲੇ ਵੀ ਜੀਂਦੀਆਂ ਜਾਗਦੀਆਂ ਹੈਗੀਆਂ। ਅਤੇ ਆਪਣਾ ਆਹ ਜਿਹੜਾ ਥੱਲੇ ਤੁਰਨ ਦਾ ਰਸਤਾ ਬਣਾਇਆ ਹੋਇਆ ਇਹ ਵੀ ਬੈਂਬੂ ਦੇ ਨਾਲ ਬਣਾਇਆ, ਉੱਪਰ ਬੈਂਬੂ ਰੱਖੇ ਹੋਏ ਆ, ਲੇਕਿਨ ਥੱਲੇ ਇਹਦੇ ਵੀ ਜੜ੍ਹਾਂ ਹੈਗੀਆਂ। ਹੁਣ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਬ੍ਰਿਜ ਨੂੰ ਬਣਨ 'ਤੇ, ਹਾਲਾਂਕਿ ਜੋ ਵੀ ਹੈਗਾ ਤਾਂ ਨੈਚੁਰਲੀ ਹੈ ਨਾ, ਇਹ ਬ੍ਰਿਜ ਨੂੰ ਬਣਨ 'ਤੇ ਕਿੰਨੇ ਸਾਲ ਲੱਗ ਗਏ ਹੋਣੇ ਆ ਬ੍ਰੋ। ਇੱਕ ਤਾਂ ਆਹ ਹੋ ਗਿਆ, ਇੱਕ ਆਹ ਹੋ ਗਿਆ, ਤਾਂ ਹੀ ਉਹਨੇ ਕਹਿੰਦੇ ਆ ਡਬਲ ਡੈਕਰ ਬ੍ਰਿਜ। ਆਹ ਦੇਖੋ ਥੱਲੇ ਵੀ ਪੂਰੀਆਂ ਜੜ੍ਹਾਂ ਹੈਗੀਆਂ। ਮੈਂ ਤੁਹਾਨੂੰ ਕਿਹਾ ਜੀ ਥੱਕ ਜਾ, ਮੇਰੀ ਜ਼ਬਾਨ ਫਿਸਲਦੀ ਹੈ। ਜਿਹੜੇ ਜਿਹੜੇ ਨਾਲ ਪੇੜ ਬਣਿਆ ਹੋਇਆ ਉਹ ਹਾਲੇ ਵੀ ਅੱਗੋਂ ਉਹਨਾਂ ਦੀਆਂ ਥੱਲੇ ਲਮਕਦੀਆਂ ਪਈਆਂ, ਯਾਨੀ ਕਿ ਇਹ ਹਾਲੇ ਵੀ ਅੱਗੇ ਵੱਧ ਰਹੀ ਹੈ। ਇਹੋ ਜਿਹੀ ਜਗ੍ਹਾ 'ਤੇ ਆ ਕੇ ਪਤਾ ਚੱਲਦਾ ਕਿ
ਕੁਦਰਤ ਕਿੱਡੀ ਘੈਂਟ ਚੀਜ਼ ਹੈ, ਜੇ ਆਪਦੀ ਆਈ ਤੇ ਆ ਜਾਏ ਤਾਂ ਕੁਛ ਵੀ ਕਰ ਸਕਦੀ ਹੈ, ਭਾਵੇਂ ਉਹ ਫੁੱਲ ਬਣਾਉਣ ਦੀ ਗੱਲ ਹੀ ਕਿਉਂ ਨਾ ਹੋਵੇ। ਇਹ ਸਾਰੀਆਂ ਪੇੜ ਦੀਆਂ ਜੜ੍ਹਾਂ ਹੈ, ਕੋਈ ਬੈਂਬੂ ਨਹੀਂ ਹੈਗਾ, ਕੋਈ ਪੇੜ ਨਹੀਂ ਹੈਗਾ, ਸਾਰਾ ਕੁਛ ਜੜ੍ਹਾਂ ਹੈ ਪੇੜ ਦੀਆਂ। ਇਹ ਸੀ ਆਪਣਾ ਵਲੋਗ, ਵਲੋਗ ਕਿਹੋ ਜਿਹਾ ਲੱਗਾ ਕਮੈਂਟ ਕਰਕੇ ਦੱਸ ਦਿਆ ਜੀ। ਬਾਕੀ ਮਿਲਦੇ ਹਾਂ ਅਗਲੇ ਵਲੋਗ 'ਚ ਕੋਈ ਨਵੀਂ ਖੱਪ ਲੈ ਕੇ। ਹੁਣ ਬੈਕ ਟੂ ਚਿੱਟਾਪੂੰਜੀ, ਅੱਜ ਦਾ ਸਟੇ ਕਰਾਂਗੇ ਚਿੱਟਾਪੂੰਜੀ, ਕਿਉਂਕਿ ਮੈਂ ਥੋੜ੍ਹਾ ਲੇਟ ਹੋ ਗਿਆ। ਜਾਂਦੀ ਵਾ ਕਿ ਜਿਹੜਾ ਬ੍ਰਿਜ ਬੰਦ ਪਿਆ ਸੀ ਨਾ, ਉਹ ਬ੍ਰਿਜ ਮੈਂ ਇੱਕ ਬੰਦਾ ਜਾ ਰਿਹਾ ਅਤੇ ਮੈਂ ਵੀ ਟਰਾਈ ਕਰ ਰਿਹਾ। ਆਹ ਵੇਖੋ ਇੱਥੋਂ ਦੀ ਟੁੱਟਾ ਹੈਗਾ, ਆਲਰੇਡੀ ਤਿੰਨ ਬੰਦੇ ਕਰ ਚੁੱਕੇ, ਮੈਂ ਤਾਈ ਕਰ ਰਿਹਾ। ਜਸਟ ਇਮੈਜਿਨ ਵੀ ਕਿੰਨਾ ਪੁਰਾਣਾ ਹੈ, ਜਾਲੇ ਲੱਗੇ ਹੋਏ ਇੱਥੇ, ਯਾਨੀ ਕਿ ਇੱਥੇ ਇਹਨੂੰ ਕੋਈ ਯੂਜ਼ ਹੀ ਨਹੀਂ ਕਰ ਰਿਹਾ ਹੈ। ਸਾਰੀ ਪਹੁੰਚ ਗਏ, ਨਹੀਂ ਕਰਨਾ ਚਾਹੀਦਾ ਸੀ। ਓਕੇ, ਮੈਂ ਗਲਤ ਮੈਸੇਜ ਨਹੀਂ ਦੇ ਰਿਹਾ, ਨਹੀਂ ਕਰਨਾ ਚਾਹੀਦਾ ਸੀ। ਮੈਂ ਇੱਕ ਵਾਰੀ ਚੜ੍ਹ ਗਿਆ ਸੀ, ਮੈਂ ਨਹੀਂ ਕਰਨਾ ਚਾਹੀਦਾ। ਓਕੇ।